ਅਕਸਰ ਇੱਕ ਹੋਰ ਵੀ ਤੁਹਾਡੇ ਤੇ ਵਿਰੋਧੀ ਧਿਰ ਵੱਲੋਂ वार ਵੀ ਕੀਤੇ ਜਾਂਦੇ ਨੇ ਦੋਸ਼ ਵੀ ਲੱਗਦੇ ਨੇ ਕਿ ਕੁਲਵੰਤ ਸਿੰਘ ਬਹੁਤ ਅਮੀਰ ਬੰਦੇ ਨੇ ਸੋ ਤੁਹਾਡੇ ਨਾਲ ਲੋਕ ਕਿਵੇਂ ਪਹੁੰਚ ਕਰਨਗੇ ਜਾਂ ਤੁਸੀਂ ਲੋਕਾਂ 'ਚ ਕਿਵੇਂ ਵਿਚਰੋਗੇ ਲੋਕਾਂ ਦਾ ਵਿਸ਼ਵਾਸ ਕਿੱਦਾਂ ਜਿੱਤੋਗੇ ਦੇਖੋ ਇਹ ਵਿਰੋਧੀ ਧਿਰ ਦਾ ਪ੍ਰਪਾਗੈਂਡਾ ਹੈ ਜੀ ਜਿਹੜੇ ਵਿਰੋਧੀ ਹੁੰਦੇ ਨੇ ਉਹਨਾਂ ਕੋਲ ਜਦੋਂ ਹੋਰ ਕੋਈ ਗੱਲ ਨਹੀਂ ਮਿਲਦੀ ਹੂੰ ਕਹਿਣ ਵਾਸਤੇ ਉਹ ਇਦਾਂ ਦੀ ਪਹਿਲਾਂ ਕਰ ਦਿੰਦੇ ਜਿਹੜੇ ਮਤਲਬ ਜਿਹਦੇ ਨਾਲ ਉਹ ਨੀਵਾ ਦਿਖਾ ਸਕਣ ਹੂੰ ਜਾਂ ਆਪਣੇ ਆਪ ਨੂੰ ਅੱਛਾ ਦਿਖਾ ਸਕਣ ਜੀ ਔਰ ਰਹੀ ਗੱਲ ਲੋਕਾਂ 'ਚ ਵਿਚਰਨ ਦੀ ਜਦੋਂ ਮੈਂ ਇੰਨੀ ਵਾਰੀ ਐਮਸੀ ਬਣਿਆ ਪ੍ਰਧਾਨ ਬਣਿਆ ਮੇਅਰ ਬਣਿਆ ਜੇ ਮੈਂ ਲੋਕਾਂ 'ਚ ਵਿਚਰਦਾ ਸੀ ਲੋਕਾਂ ਨੂੰ ਮਿਲਦਾ ਸੀ ਲੋਕਾਂ ਦੇ ਕੰਮ ਕਰਦਾ ਸੀ ਲੋਕਾਂ ਨੇ ਮੈਨੂੰ ਵੋਟਾਂ ਵੰਗੀਆਂ ਤਾਂ ਹੁਣ ਤੁਸੀਂ ਕਿਹਾ ਹੈ ਕਿ ਮੇਰਾ ਕੋਈ ਪੀਏ ਨਹੀਂ ਮੈਂ ਆਪਣਾ ਫੋਨ ਆਪ ਚੱਕਦਾ ਸੋ ਗਾਹਿਬ ਗਾਗੇ ਅਸੀਂ ਵੀ ਟਰਾਈ ਕਰਕੇ ਦੇਖਾਂਗੇ ਤੁਸੀਂ ਫੋਨ ਚੱਕਦੇ ਜਾਂ ਨਹੀਂ ਬਿਲਕੁਲ ਤੁਹਾਨੂੰ ਦੇਖਣਾ ਚਾਹੀਦਾ ਹੈ ਤਾਂ ਕਿ ਮੇਰਾ ਮੈਨੂੰ ਵੀ ਡਰ ਬਣਿਆ ਰਹੇ ਚੱਕਣਾ ਚਾਹੀਦਾ ਜਰੂਰ ਚੱਕਣਾ ਚਾਹੀਦਾ ਤੇ ਇਸ ਕਰਕੇ ਤੁਹਾਨੂੰ ਨਰਾਸ਼ਤਾ ਨਹੀਂ ਹੋਵੇ ਇਹ ਬਿਲਡਿੰਗ ਮੈਂ 12 ਤੋ 14 ਮਹੀਨੇ ਦੇ ਰਿਕਾਰਡ ਟਾਈਮ 'ਚ ਬਣਵਾਈ ਸੀ ਉਦੋਂ। ਹਮਮ ਔਰ ਉਦੋਂ ਇਹਦੇ ਨਾਲ ਦਾ ਦਫ਼ਤਰ ਮੇਰਾ ਖਿਆਲ ਤਾਂ ਸ਼ਾਇਦ ਇੰਡੀਆ ਵਿੱਚ ਵੀ ਕਿਤੇ ਨਹੀਂ ਸੀ ਬਣਿਆ। ਕਾਰਪੋਰੇਸ਼ਨ ਦਾ। ਹਾਂ ਜਿਹੜਾ ਅੱਜ ਵੀ ਆ ਔਰ ਅੱਜ ਵੀ ਮੇਰਾ ਦਾਵਾ ਹੈ। ਭਾਈ ਮੇਰਾ ਖਿਆਲ ਹੈ ਵੀ ਪੰਜਾਬ 'ਚ ਤਾਂ ਸ਼ਾਇਦ ਅੱਜ ਵੀ ਇਹਦੇ ਨਾਲ ਦਾ ਦਫ਼ਤਰ ਕੋਈ ਨਾ ਹੋਵੇ। ਔਰ ਇਹ ਬਣਾਇਆ ਪਤਾ ਕਦੋਂ ਸੀ 2004 'ਚ। ਸੋ ਤੁਹਾਡਾ ਪਿੰਡਾਂ ਨੂੰ ਲੈ ਕੇ ਕੀ ਵਿਜ਼ਨ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਮੁਹਾਲੀ ਦੇ ਨਾਲ-ਨਾਲ ਤੁਸੀਂ ਪਿੰਡਾਂ ਦਾ ਕੀ ਵਿਕਾਸ ਕਰਨਾ ਚਾਹੁੰਦੇ ਹੋ? ਦੇਖੋ ਪਿੰਡ ਗੰਦੇ ਨੇ ਇਹਦਾ ਸ਼ਹਿਰ ਸਾਫ਼ ਨਹੀਂ ਹੋ ਸਕਦਾ। ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਇਹ ਕਬਜ਼ੇ ਛਡਾਓਗੇ ਤੁਸੀਂ ਇਹ ਬਕਾਇਦਾ ਤੌਰ ਤੇ ਛਡਾਏ ਜਾਣਗੇ ਹੂੰ ਕਿਉਂਕਿ ਜੇ ਇਹ ਨਹੀਂ ਛਡਾਵਾਂਗੇ ਤਾਂ ਪਿੰਡ ਤਬਾਹ ਹੋ ਜਾਣਗੇ ਮਤਲਬ ਹਰ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਮਤਲਬ ਮੈਂ ਜਿਹੜਾ ਮੁਹਾਲੀ ਦਾ ਕੰਮ ਆ ਹੂੰ ਉਹ ਕੀਤਾ ਔਰ ਤੁਸੀਂ ਇਹ ਦੇਖਿਆ ਵੀ ਹੋ ਗਿਆ ਹੋਊਗਾਰ ਤੁਸੀਂ ਪੁੱਛ ਵੀ ਲਿਓ ਜਿਹੜੇ ਸਾਡੇ 50 ਮੈਂਬਰ ਸੀ ਜੀ ਭਾਵੇਂ ਉਹ ਕਾਂਗਰਸ ਪਾਰਟੀ ਦੇ ਸੀ ਭਾਵੇਂ ਭਾਜੀਪੀ ਦੇ ਸੀ ਭਾਵੇਂ ਖਾਲੀ ਦਲ ਦੇ ਸੀ ਲੇਕ ਕਿਸੇ ਦਾ ਨਾਲ ਵੀ ਮਤਲਬ ਪੱਖਪਾਤ ਨਹੀਂ ਕੀਤਾ ਔਰ ਬਕਾਇਦਾ ਤੌਰ ਤੇ ਮੈਂ ਸਾਰਿਆਂ ਨੂੰ ਆਪਣੇ ਭਰਾ ਸਮਝ ਕੇ ਤੇ ਲੋਕਾਂ ਦੇ ਨਮਾਇंदे ਸਮਝ ਕੇ ਤੇ ਆਪਣੇ ਸ਼ਹਿਰ ਨੂੰ ਆਪਣਾ ਸਮਝ ਕੇ ਸਾਰਿਆਂ ਦਾ ਮੈਂ ਬਰਾਬਰ ਮਤਲਬ ਕੰਮ ਕੀਤਾ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਕੀ ਕਾਰਨ ਨੇ ਮਹੱਲਾ ਕਲੀਨਿਕ ਖੋਲੇ ਘਰ ਘਰ ਇਲਾਜ ਪਹੁੰਚਿਆ ਲੋਕਾਂ ਨੂੰ ਆਸ ਹੁੰਦੀ ਹੈ ਵੀ ਅਸੀਂ ਚੁਣਾਂਗੇ ਤੇ ਸਾਨੂੰ ਆ ਚੀਜ਼ਾਂ ਮਿਲਣਗੀਆਂ ਉਹਦੇ ਵਿੱਚੋਂ ਕਾਫੀ ਹੱਦ ਤੱਕ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਾ ਅਨਮਯੂ ਟੀਵੀ ਤੇ ਮੈਂ ਹਾਂ ਤੇਜਿੰਦਰ ਫਤੇਪੁਰ ਪੰਜਾਬ ਚ ਇਸ ਵੇਲੇ ਚੋਣਾਂ ਦਾ ਵਿਗਲ ਹੈ ਜਿਹੜਾ ਉਹ ਲਗਭਗ ਵਜਨ ਨੂੰ ਤਿਆਰ ਹੈ ਕਿਉਂਕਿ ਸਿਰਫ ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਦੀ ਤਰੀਕ ਅਨਾਉਂਸ ਕਰੀ ਬਾਕੀ ਆ ਅਦਰਵਾਈਜ਼ ਸਾਰੀਆਂ ਪਾਰਟੀਆਂ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਹੋਵੇ ਚਾਹੇ ਉਹ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਤੇ ਹੁਣ ਕਿਸਾਨਾਂ ਦੀ ਪਾਰਟੀ ਵੀ ਆ ਔਰ ਕੈਪਟਨ ਅਵਰਿੰਦਰ ਦੀ ਪੰਜਾਬ ਲੋਕ ਕਾਂਗਰਸ ਹੈ ਸੋ ਸਾਰੀਆਂ ਪਾਰਟੀਆਂ ਨੇ ਕਮਰ ਕੱਸੇ ਬੰਨ ਲਏ ਨੇ ਸਾਰੀਆਂ ਹੀ ਚੋਣ ਮੈਦਾਨ ਦੇ ਵਿੱਚ ਨਿਤਰ ਗਈਆਂ ਨੇ ਕੁਝ ਪਾਰਟੀਆਂ ਨੇ ਆਪਣੇ ਕਾਫੀ ਉਮੀਦਵਾਰ ਨੇ ਜਿਹੜੇ ਐਲਾਨ ਦਿੱਤੇ ਨੇ ਬਾਕੀ ਪਾਰਟੀਆਂ ਦੇ ਕੁਝ ਰਹਿੰਦੇ ਵੀ ਨੇ ਅਜੇ ਪਰ ਇਸ ਵੇਲੇ ਕੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਸਿਰਫ ਟਕੌਣੀ ਲੜਾਈ ਸੀ ਸਾਰੇ ਕਾਂਗਰਸ ਤੇ ਅਕਾਲੀ ਦਲ ਤੇ ਆਪ ਦੇ ਵਿੱਚਕਾਰ ਸਮਝਦੇ ਸੀ ਪਰ ਹੁਣ ਦੋ ਨਵੀਆਂ ਪਾਰਟੀਆਂ ਨੇ ਜਿਹੜੀਆਂ ਉੱਭਰ ਕੇ ਆਈਆਂ ਨੇ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਤੇ ਦੂਜੀ ਕਿਸਾਨਾਂ ਦੀ ਸੋ ਇਹ ਸਾਰੇ ਸੰਦਰਭ ਦੇ ਵਿੱਚ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਦੀ ਹਮਾਇਤ ਹੋ ਸਕਦੀ ਹੈ ਪਰ ਹੁਣ ਕਿਸਾਨਾਂ ਨੇ ਵੱਖਰੀ ਪਾਰਟੀ ਬਣਾ ਰਹੀ ਹੈ ਪਰ ਆਮ ਆਦਮੀ ਪਾਰਟੀ ਅੱਜ ਚੰਡੀਗੜ੍ਹ ਦੇ ਵਿੱਚ ਵਧੀਆ ਪ੍ਰਦਰਸ਼ਨ ਰਿਹਾ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਸੋ ਮੋਹਾਲੀ ਦੇ ਵਿੱਚ ਮੋਹਾਲੀ ਦੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਜਿਹੜੇ ਜਦੋਂ ਨਗਰ ਕਾਉਂਸਲ ਸੀ ਮੋਹਾਲੀ ਤਾਂ ਉਹਦੇ ਪ੍ਰਧਾਨ ਵੀ ਰਹੇ ਨੇ ਉਸ ਤੋਂ ਬਾਅਦ ਮੋਹਾਲੀ ਨਗਰ ਨਿਗਮ ਬਣਿਆ ਤੇ ਉਹਦੇ ਪਹਿਲੇ ਮੇਅਰ ਰਹੇ ਸਰਦਾਰ ਕੁਲਵੰਤ ਸਿੰਘ ਸੋ ਕੁਲਵੰਤ ਸਿੰਘ ਜੀ ਹੋਰਾਂ ਨੇ ਅਕਾਲੀ ਦਲ ਨਾਲ ਵੀ ਉਹਨਾਂ ਨੇ ਗੱਠ ਜੋੜ ਰੱਖਿਆ ਪਹਿਲਾਂ ਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ ਸੋ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੇਰਾ ਇਹੋ ਹੀ ਸਵਾਲ ਹੈ ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਅੱਜ ਆਮ ਆਦਮੀ ਪਾਰਟੀ ਜਿਹੜੀ ਚੰਡੀਗੜ੍ਹ ਤੋਂ ਵਧੀਆ ਪ੍ਰਦਰਸ਼ਨ ਰਿਹਾ 14 ਸੀਟਾਂ ਜਿਹੜੀਆਂ ਉਹ ਨਗਰ ਨਿਗਮ ਦੀਆਂ ਜਿੱਤੀ ਹੈ ਤੇ ਤੁਸੀਂ ਪਹਿਲਾਂ ਅਕਾਲੀ ਦਲ ਨਾਲ ਵੀ ਰਹੇ ਜਦੋਂ ਪਹਿਲਾਂ ਮੇਰ ਰਹੇ ਸ਼ਾਇਦ ਕਾਂਗਰਸ ਨੇ ਵੀ ਤੁਹਾਨੂੰ ਸਪੋਰਟ ਕੀਤੀ ਸੀ ਤੇ ਅਕਸਰ ਇਹ ਚਰਚਾ ਦਾ ਵਿਸ਼ਾ ਬਣਦਾ ਹੈ ਕਿ ਸਰਦਾਰ ਕੁਲਵੰਤ ਸਿੰਘ ਨੇ ਜਿਹੜੇ ਉਹ ਕਦੇ ਅਕਾਲੀ ਦਲ ਚੋਂ ਵੱਖ ਹੋ ਜਾਂਦੇ ਨੇ ਕਦੇ ਫੇਰ ਅਕਾਲੀ ਦਲ ਚ ਤੇ ਹੁਣ ਉਹ ਆਮ ਆਦਮੀ ਪਾਰਟੀ ਚਲੇ ਗਏ ਇਹਦਾ ਕੀ ਕਾਰਨ ਹੈ ਦੇਖੋ ਗੱਲ ਇਹ ਹੈ ਬਈ ਮੈਂ ਚਾਰ ਬਾਰੀ ਐਮਸੀ ਬਣਿਆ ਜੀ ਆਜ਼ਾਦ ਜੀ ਚੋਣਾ ਜਿੱਤ ਕੇ ਐਮਸੀ ਬਣਿਆ ਜੀ 2000 ਤੋਂ ਲੈ ਕੇ 2005 ਤੱਕ ਮੈਂ ਪ੍ਰਧਾਨ ਬਣਿਆ ਉਦੋਂ ਵੀ ਮੈਂ ਆਜ਼ਾਦ ਸੀ ਤੇ 25 27 ਮੈਂਬਰ ਸੀ 27 ਚੋਂ 21 ਵੋਟਾਂ ਮੈਨੂੰ ਪਈਆਂ ਸੀ ਜੀ ਔਰ ਜਦੋਂ ਮੈਂ ਮੇਅਰ ਦੀ ਇਲੈਕਸ਼ਨ ਲੜੀ ਤੇ ਮੇਅਰ ਵੀ ਮੈਂ ਆਜ਼ਾਦ ਸੀ ਹੂੰ ਤੇ ਆਪਣੇ ਬਲਬੂਤੇ ਸੀ ਇਲੈਕਸ਼ਨ ਜਿੱਤੀ ਜੀ ਤੇ ਉਹ ਦਾ ਗੱਲ ਆ ਵੀ ਸਾਡੇ ਬੰਦੇ ਘੱਟ ਰਹਿ ਗਏ ਤੇ ਸਾਨੂੰ ਸਮਰਥਨ ਦੇ ਨਾਲ ਜਿਹੜਾ ਮੈਨੂੰ ਮੇਰੇ ਬਣਾ ਪਿਆ ਜਾਂ ਮੈਨੂੰ ਬਣਾਉਣਾ ਪਿਆ ਜੀ ਠੀਕ ਨਹੀਂ ਤੇ ਉਹ ਮੈਂ 5 ਸਾਲ ਮਤਲਬ ਮੇਅਰਸ਼ਿਪ ਜਿਹੜੀ ਕੀਤੀ ਪਰ ਉਹਦੇ ਵਿੱਚ ਤੁਸੀਂ ਦੇਖਿਆ ਬਈ ਭਾਵੇਂ ਕੋਈ ਵੀ ਪਾਰਟੀ ਦਾ ਬੰਦਾ ਸੀ ਮੈਂ ਕਿਸੇ ਵੀ ਪਾਰਟੀਵਾਦੀ ਮਤਲਬ ਹਰ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਮਤਲਬ ਮੈਂ ਜਿਹੜਾ ਮੁਹਾਲੀ ਦਾ ਕੰਮ ਆ ਉਹ ਕੀਤਾ ਹੈ ਔਰ ਤੁਸੀਂ ਇਹ ਦੇਖਿਆ ਵੀ ਹੋ ਗਿਆ ਹੋਊਗਾਰ ਤੁਸੀਂ ਪੁੱਛ ਵੀ ਲਿਓ ਜਿਹੜੇ ਸਾਡੇ 50 ਮੈਂਬਰ ਸੀ ਜੀ ਭਾਵੇਂ ਉਹ ਕਾਂਗਰਸ ਪਾਰਟੀ ਦੇ ਸੀ ਭਾਵੇਂ ਭਾਵੇਂ ਬੀਜੇਪੀ ਦੇ ਸੀ ਭਾਵੇਂ ਖਾਲੀ ਦਲ ਦੇ ਸੀ ਲੇਕ ਕਿਸੇ ਦਾ ਨਾਲ ਵੀ ਮਤਲਬ ਪੱਖਪਾਤ ਨਹੀਂ ਕੀਤਾ ਔਰ ਬਕਾਇਦਾ ਤੌਰ ਤੇ ਮੈਂ ਸਾਰਿਆਂ ਨੂੰ ਆਪਣੇ ਭਰਾ ਸਮਝ ਕੇ ਤੇ ਲੋਕਾਂ ਦੇ ਨੁਮਾਇंदे ਸਮਝ ਕੇ ਤੇ ਆਪਣੇ ਸ਼ਹਿਰ ਨੂੰ ਆਪਣਾ ਸਮਝ ਕੇ ਸਾਰਿਆਂ ਦਾ ਮੈਂ ਬਰਾਬਰ ਮਤਲਬ ਕੰਮ ਕੀਤਾ ਔਰ ਰਹੀ ਗੱਲ ਮੇਰੀ ਮਤਲਬ ਤੁਸੀਂ ਜਿਹੜੀ ਸਵਾਲ ਪੁੱਛਿਆ ਵੀ ਅਕਾਲੀ ਦਲ ਦੇ ਵਿੱਚ ਆਉਣ ਦੀ ਤੇ ਜਾਣ ਦੀ ਜੀ ਤੇ ਮੈਨੂੰ ਨਹੀਂ ਪਤਾ ਵੀ ਮੈਨੂੰ ਉਹਨਾਂ ਨੇ ਕਿਉਂ ਭੇਜਿਆ ਜੀ ਥੀ ਨਹੀਂ ਉਹਨਾਂ ਦੀ ਆਪਣੀ ਮਰਜ਼ੀ ਸੀ ਪਾਰਟੀ ਪ੍ਰਧਾਨ ਸਾਹਿਬ ਦੀ ਤੇ ਤੁਸੀਂ ਬਿਹਤਰ ਹੈ ਵੀ ਉਹਨਾਂ ਨੂੰ ਪੁੱਛੋ ਮਤਲਬ ਮੇਰਾ ਕੋਈ ਇਹਦੇ ਨਾਲ ਨਹੀਂ ਅਕਾਲੀ ਦਲ ਛੱਡਣ ਦੇ ਤੁਹਾਡੇ ਵੱਲੋਂ ਕੋਈ ਕਾਰਨ ਨਹੀਂ ਨਹੀਂ ਮੇਰੇ ਵੱਲੋਂ ਕੋਈ ਕਾਰਨ ਨਹੀਂ ਸੀ ਪਾਰਟੀ 'ਚ ਬੈਠ ਕੇ ਗੱਲਾਂ ਬਾਤਾਂ ਸੌ ਹੁੰਦੀਆਂ ਰਹਿੰਦੀਆਂ ਨੇ ਪਰ ਮੈਨੂੰ ਮੇਰਾ ਕੋਈ ਐਦਾਂ ਦਾ ਕੰਮ ਨਹੀਂ ਤੁਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਐ ਸੋ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਕੀ ਕਾਰਨ ਨੇ ਦੇਖੋ ਮੈਂ ਦੋ ਚਾਰ ਕਾਰਨ ਨੇ ਆਵਾ ਦੇ ਪਾਰਟੀ ਜੁਆਇਨ ਕਰਨ ਦੇ ਜੀ ਇੱਕ ਤਾਂ ਇਹ ਆ ਬਈ ਦੇਖੋ ਮਤਲਬ ਮੈਂ ਤਾਂ ਨਹੀਂ ਕਹਿ ਸਕਦਾ ਹੈਗਾ ਬਈ ਮੈਂ ਬਹੁਤ ਵੱਡਾ ਇਮਾਨਦਾਰ ਹਾਂ ਪਰ ਮੈਂ ਮਤਲਬ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਬਈ ਮੈਂ 10 ਸਾਲ ਮੈਂ ਇੱਕ ਅਹੁਦੇ ਤੇ ਰਿਹਾ ਹਾਂ 5 ਸਾਲ ਮੈਂ ਪ੍ਰੈਜ਼ੀਡੈਂਟ ਰਿਹਾ ਹਾਂ ਔਰ ਪੰਜ ਸਾਲ ਮੈਂ ਮੇਅਰ ਰਹੇ ਹਾਂ ਮੈਂ ਕੋਸ਼ਿਸ਼ ਕੀਤੀ ਹੈ ਵੀ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੀ ਔਰ ਸਾਫ਼ ਸੁਥਰਾ ਸਿਸਟਮ ਰੱਖਣ ਦੀ ਔਰ ਐਦਾਂ ਦੇ ਸਿਸਟਮ ਮੈਂ ਦਿੱਲੀ ਦੇ ਵਿੱਚ ਇਹਨਾਂ ਦਾ ਦੇਖਿਆ ਹੈ ਇਹਨਾਂ ਨੇ ਬਾਕਾਇਦਾ ਜਿਹੜਾ ਪ੍ਰਸ਼ਾਸਨ ਸੀ ਉਹ ਸਵੱਛ ਦਿੱਤਾ ਹੈ ਔਰ ਲੋਕਾਂ ਦੇ ਲਈ ਕੰਮ ਕਰ ਰਹੇ ਨੇ ਲੋਕਾਂ ਦੇ ਜਿਹੜੇ ਬੁਨਿਆਦੀ ਜੋ ਢਾਂਚਾ ਸੀ ਲੋਕਾਂ ਦੇ ਲਈ ਦੇਣਾ ਬਣਦਾ ਜੀ ਉਹ ਇਹਨਾਂ ਨੇ ਉੱਥੇ ਮੁਹैया ਕਰਾਇਆ ਜੀ ਕੁਝ ਫ੍ਰੀ ਕਰਾਇਆ ਕੁਝ ਘੱਟ ਰੇਟ ਚ ਕਰਾਇਆ ਹਮ ਲੇਕਿਨ ਕਰਵਾਇਆ ਔਰ ਮਹੱਲਾ ਕਲੀਨ ਨੇ ਖੋਲੇ ਘਰ ਘਰ ਇਲਾਜ ਪਹੁੰਚਿਆ ਹਮ ਫਿਰ ਪਾਣੀ ਦੀ ਸਪਲਾਈ ਸੀ ਜਿਹੜਾ ਬੁਰਾ ਹਾਲ ਸੀ ਹਮ ਉਹੀ ਸੋਰਸ ਨੇ ਉਹਨਾਂ ਉਹੀ ਸੋਰਸ ਤੋਂ ਦਿੱਤਾ ਜਾਂਦਾ ਪਾਣੀ ਔਰ ਪਾਣੀ ਦਿੱਤਾ ਗਿਆ ਬਕਾਇਦਾ ਤੌਰ ਤੇ ਫਿਰ ਇਲੈਕਟ੍ਰਿਸਿਟੀ ਸੀ ਫ੍ਰੀ ਵੀ ਕੀਤੀ ਗਈ ਉਦੋਂ ਬਾਅਦ ਸਸਤੀ ਵੀ ਕੀਤੀ ਗਈ ਹਮ ਅਰ ਫਿਰ ਸਭ ਤੋਂ ਵੱਡੀ ਗੱਲ ਐਜੂਕੇਸ਼ਨ ਦੇ ਵਿੱਚ ਜਿਹੜਾ ਇੱਕ ਵੱਡਾ ਸੁਧਾਰ ਕੀਤਾ ਤਾਂ ਮੈਂ ਇਹ ਸਮਝਦਾ ਬਈ ਜਿਹੜੇ ਲੋਕਾਂ ਦਾ ਹੱਕ ਬਣਦਾ ਜਿਹਦੇ ਕਰਕੇ ਲੋਕ ਆਪਣੀ ਸਰਕਾਰ ਚੁੰਨਦੇ ਨੇ ਤੇ ਲੋਕਾਂ ਨੂੰ ਆਸ ਹੁੰਦੀ ਹੈ ਵੀ ਅਸੀਂ ਚੁਣਾਂਗੇ ਤੇ ਸਾਨੂੰ ਆ ਚੀਜ਼ਾਂ ਮਿਲਣਗੀਆਂ ਉਹਦੇ ਵਿੱਚੋਂ ਕਾਫੀ ਹੱਦ ਤੱਕ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਅ ਅੱਛਾ ਦੋ ਗੱਲਾਂ ਨੇ ਜੀ ਦੋ ਸਵਾਲ ਨੇ ਪਹਿਲਾ ਸਵਾਲ ਤਾਂ ਇਹ ਕਿ ਤੁਸੀਂ ਬਤੌਰ ਨਗਰ ਕੌਂਸਲ ਦੇ ਪ੍ਰਧਾਨ ਮੁਹਾਲੀ ਤੇ ਬਤੌਰ ਮੇਅਰ ਹੁਣ ਤੱਕ ਕੀ ਕੀ ਵਿਕਾਸ ਕੀਤਾ ਦੂਜਾ ਸਵਾਲ ਇਹ ਹੈ ਇਹਦੇ ਨਾਲ ਹੀ ਪੁੱਛ ਲੈਣਾ ਕਿ ਕਿਹੜੇ ਵਿਕਾਸ ਨੇ ਜਿਹੜੇ ਰਹਿ ਗਏ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੁਸੀਂ ਮੋਹਾਲੀ ਲਈ ਕਰਵਾ ਪਾਓਗੇ ਦੇਖੋ ਜਿਹੜੇ ਕਾਰਪੋਰੇਸ਼ਨ ਤੇ ਕੌਂਸਲ ਦੇ ਕੰਮ ਹੁੰਦੇ ਨੇ ਨਾ ਜੀ ਇਹ ਜਿਆਦਾ ਮਤਲਬ ਮੋਹਾਲੀ ਸ਼ਹਿਰ ਆ ਜਿਹੜਾ ਜਿੱਦਾਂ ਨਾ ਜੀ ਇਹ ਪਲਾਨਡ ਸਿਟੀ ਹੈ ਹਮ ਗਮਾੜਾ ਵੱਲੋਂ ਇਹਨੂੰ ਜਾਂ ਹਾਊਸਿੰਗ ਡਿਪਾਰਟਮੈਂਟ ਵੱਲੋਂ ਇਹਨੂੰ ਬਣਾਇਆ ਗਿਆ ਅਰਬਨ ਸਟੇਟ ਆ ਇਹ ਹਮ ਸਾਰੀਆਂ ਸਰਸਜ ਜਿਹਦੇ ਵਿੱਚ ਆਲਰੇਡੀ ਲੇ ਲੇਡ ਕੀਤੀਆਂ ਹੋਈਆਂ ਨੇ ਔਰ ਇਹਨੂੰ ਮੇਨਟੇਨੈਂਸ ਦਾ ਕੰਮ ਹੈ ਮੇਨਟੇਨੈਂਸ ਇੱਕ ਐਸਾ ਕੰਮ ਆ ਵੀ ਇਹ ਮਤਲਬ ਕੰਟੀਨਿਊਸ ਪ੍ਰੋਸੈਸ ਹੈ ਇਹ ਟੁੱਟਦਾ ਰਹਿੰਦਾ ਬਣਦਾ ਰਹਿੰਦਾ ਲੇਕਿਨ ਮੈਂ ਮੇਨਟੇਨੈਂਸ ਦੇ ਵਿੱਚ ਜਿੰਨੀ ਦੇਰ ਮੇਰੇ ਕੋਲ ਕੰਮ ਰਿਹਾ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਮੈਂ ਪਬਲਿਕ ਦੀ ਹੋਣ ਨਹੀਂ ਦਿੱਤੀ ਨੰਬਰ 1 ਨੰਬਰ 2 ਮਤਲਬ ਸਾਫ ਸਫਾਈ ਦਾ ਕੰਮ ਸੀ ਇਹ ਸਾਰਾ ਮਤਲਬ ਸ਼ਹਿਰ ਨੇ ਦੇਖਿਆ ਭਈ ਹਰ ਇੱਕ ਗਲੀ ਹਰ ਇੱਕ ਮੁਹੱਲੇ ਹਰ ਇੱਕ ਘਰ ਦੇ ਵਿੱਚ ਬੰਦਾ ਸਫਾਈ ਕਰਨ ਪਹੁੰਚਦਾ ਸੀ ਔਰ ਬਕਾਇਦਾ ਤੌਰ ਤੇ 5 ਸਾਲ ਇਹ ਰਿਕਾਰਡ ਹੋ ਗਏ ਸ਼ਹਿਰ ਦਾ ਵੀ ਸਫਾਈ ਦੀ ਇੱਕ ਸਿੰਗਲ ਸ਼ਿਕਾਇਤ ਵੀ ਮੁਹਾਲੀ ਸ਼ਹਿਰ ਦੇ ਕਿਸੇ ਵਾਸੀ ਨੇ ਆ ਕੇ ਨਹੀਂ ਕੀਤੀ 5 ਸਾਲ ਦੇ ਵਿੱਚ ਔਰ ਸੜਕਾਂ ਤੇ ਗੱਡੀਆਂ ਦੀ ਸਾਫ ਸਫਾਈ ਜਿਹੜੀ ਹੈ ਨਾ ਜੀ ਉਹ ਮੇਰੇ ਹੁੰਦੇ ਸ਼ੁਰੂ ਹੋਈ ਤੇ ਅੱਜ ਵੀ ਉਹ ਲਗਾਤਾਰ ਜਾਰੀ ਹੈ ਤੇ ਪਹਿਲਾਂ ਸ਼ਹਿਰ ਸੀ ਮੁਹਾਲੀ ਮੈਂ ਨਾਰਥ ਇੰਡੀਆ ਦਾ ਜਿੱਥੇ ਮਤਲਬ ਮਕੈਨੀਕਲ ਥੀਪਿੰਗ ਦਾ ਜਿਹੜਾ ਕੰਮ ਸ਼ੁਰੂ ਕਰਾਇਆ ਗਿਆ ਨਾਰਥ ਇੰਡੀਆ ਦਾ ਪਹਿਲਾ ਸ਼ਹਿਰ ਸੀ ਮਾਣੀ ਜੀ ਸੋ ਇਸ ਕਰਕੇ ਜਿਹੜੀਆਂ ਬੁਨਿਆਦੀ ਸਹੂਲਤਾਂ ਦੇਣ ਵਾਲਾ ਕੰਮ ਸੀ ਭਾਵੇਂ ਉਹ ਪਾਣੀ ਸੀ ਜਾਂ ਪਾਰਕਾਂ ਦੀ ਰੱਖ-ਰਖਾਵ ਦਾ ਕੰਮ ਸੀ ਜਾਨੀ ਬਹੁਤ ਘੱਟ ਕਿਸੇ ਕਿਸਮ ਦੀ ਸ਼ਿਕਾਇਤ ਜਿਹੜੀ ਮੈਂ ਆਉਣ ਦਿੱਤੀ ਆ ਔਰ ਸਭ ਤੋਂ ਵੱਡੀ ਗੱਲ ਵੀ ਇੱਕੋ ਇੱਕ ਸ਼ਹਿਰ ਨਾਰਥ ਇੰਡੀਆ ਦਾ ਜਿੱਥੇ 100% ਮਤਲਬ LED ਕਰਾਇਆ ਗਿਆ ਸ਼ਹਿਰ ਪੂਰੇ ਦਾ ਪੂਰਾ ਹੀ ਪੁਰਾਣੀਆਂ ਸਟਰੀਟ ਲਾਈਟਾਂ ਬਦਲ ਕੇ ਪਾਰਕਿੰਗ ਪਾਰਕ ਦੀਆਂ ਲਾਈਟਾਂ ਬਦਲ ਕੇ 100% ਮਤਲਬ ਐਲਈਡੀ ਕਰਾਇਆ ਗਿਆ ਜਿਹਦੇ ਨਾਲ ਜਿੱਥੇ એનર્ਜੀ ਸੇਵ ਹੋਈ ਉਥੇ ਬਕਾਇਦਾ ਤੌਰ ਤੇ ਸਾਡਾ ਪੈਸਾ ਜਿਹੜਾ ਉਹ ਵੀ ਕਾਫੀ ਹੱਦ ਤੱਕ ਅਸੀਂ ਸੇਵ ਕੀਤਾ ਸੇਵ ਕੀਤਾ ਤਾਂ ਕਿ ਮਤਲਬ ਸ਼ਹਿਰ ਦਾ ਹੋਰ ਵਿਕਾਸ ਆ ਜਿਹੜਾ ਹੋ ਸਕੇ ਤੇ ਹੋਰ ਤੁਸੀਂ ਕਿਹੜੇ ਕੰਮ ਤੁਹਾਨੂੰ ਲੱਗਦਾ ਹੈ ਕਿ ਮੁਹਾਲੀ ਦੇ ਰਹਿੰਦੇ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿਆਸਤ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਨਾਲ ਰਲ ਕੇ ਜੇ ਸਰਕਾਰ ਬਣਦੀ ਹੈ ਪੰਜਾਬ 'ਚ ਤਾਂ ਉਹ ਤੁਸੀਂ ਮੁਹਾਲੇ ਲਈ ਕਰ ਪਾਉਂਗੇ ਦੋ ਕੰਮ ਬਾਈਕ ਹੋਰ ਕੀਤੇ ਜੀ ਪਹਿਲਾਂ ਮੈਂ ਇਹ ਦੱਸ ਦਵਾਂ ਵੀ ਜਿਹੜੀ ਸੀਵਰੇਜ ਲਾਈਨ ਪੈ ਰਹੀ ਆ ਇੱਕ ਫੇਜ਼ ਤੋਂ ਲੈ ਕੇ 11 ਫੇਜ਼ ਤੱਕ ਜੀ ਇਹ ਸੀਵਰੇਜ ਲਾਈਨ ਦਾ ਮੈਂ ਪਹਿਲੀ ਮੀਟਿੰਗ ਚ ਐਸਟੀਮੇਟ ਪਾ ਕੇ ਭੇਜਿਆ ਸੀ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਸੀ ਕਿਉਂਕਿ ਮੇਰਾ ਬਿਜ਼ਨਸ ਹੈ ਇਦਾਂ ਦਾ ਟੈਕਨੀਕਲੀ ਮੈਨੂੰ ਪਤਾ ਸੀ ਵੀ ਮੁਹਾਲੀ ਦਾ ਜਿਹੜਾ ਸੀਵਰੇਜ ਦਾ ਢਾਂਚਾ ਹੈ ਉਹ ਲਗਭਗ ਤਬਾਹ ਹੋ ਚੁੱਕਿਆ ਹੈ 50 50 60 ਸਾਲ ਪਹਿਲਾਂ ਪਿਆ ਸੀ ਮੇਨ ਲਾਈਨ ਦੀ ਕਿ ਜਾਂਦੀ ਸੀ ਉਹ ਲਗਭਗ ਡੈਮੇਜ ਹੋ ਚੁੱਕੀ ਸੀ ਜੀ ਉਹ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਐਸਟੀਮੇਟ 26 ਕਰੋੜ ਰੁਪਏ ਦਾ ਬਣਾ ਕੇ ਭੇਜਿਆ ਤੇ ਅਸੀਂ ਅਮਰਤ ਸਕੀਮ ਦੇ ਵਿੱਚ ਉਹ ਪਾਸ ਕਰਾਇਆ ਪੂਰੇ 4 ਸਾਲ ਬਾਅਦ ਉਹ ਪਾਸ ਹੋਇਆ ਤੇ ਇਹ ਜਿਹੜਾ ਕੰਮ ਸ਼ੁਰੂ ਕਰਾਇਆ ਸੀ ਜਿਹੜਾ ਲਟਕਾਇਆ ਹੋਇਆ ਇਸ ਮਤਲਬ ਮਾਲੀ ਦੇ ਵਿੱਚੋਂ ਇੱਕ ਸੜਕ ਹੈ ਜਿਹੜੀ sire to sire ਤੱਕ ਜਿਹੜੀ ਬੰਦੀ ਜਿਹੜੀ ਬੰਦ ਕੀਤੀ ਗਈ ਹੈ ਉਹ 1 ਸਾਲ ਚ ਪੂਰਾ ਕੰਮ ਹੋਣਾ ਸੀ ਮੈਂ ਉਹ ਮੇਰੇ ਹੁੰਦੇ ਉਹਦਾ ਟੈਂਡਰ ਹੋਇਆ ਮੈਂ ਹੀ ਉਹਨੂੰ ਅਲਾਟ ਕਰਵਾਇਆ ਸੀ ਮੇਰੇ ਹੁੰਦੇ ਹੀ ਮੈਂ ਹੀ ਉਹਦਾ ਅਦਾਰਨ ਕੀਤਾ ਸੀ ਲੇਕਿਨ ਉੱਥੇ ਉੱਥੇ ਹੀ ਲਟਕ ਰਿਹਾ 2 ਸਾਲ ਹੋ ਗਏ ਉਹਦੇ ਕਾਰਨ ਕੀ ਨੇ ਉਹਦੇ ਕਾਰਨ ਕੋਈ ਵੀ ਹੋ ਸਕਦੇ ਨੇ ਪੈਸਾ ਸਹੀ ਟਾਈਮ ਤੇ ਨਹੀਂ ਦਿੱਤਾ ठेकेदार ਦੋ ਕੰਮ ਨਹੀਂ ਲਿਆ ਗਿਆ ਔਰ ਜਾਂ ਫਿਰ ਉਹਦੇ ਤੇ ਅਫਸਰ ਕੰਮ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਨਕਾਮਪਾਨਾ ਕਰਕੇ ਸਾਰਾ ਕੁਝ ਹੋਇਆ ਹੈ ਜਾਨੀ ਇੱਕ ਬਹੁਤ ਵੱਡਾ ਕੰਮ ਸੀ ਜਿਹੜਾ ਇਨ ਟਾਈਮ ਹੋਣਾ ਚਾਹੀਦਾ ਸੀ ਉਹ ਹੁਣ ਤੱਕ ਲਟਕ ਰਿਹਾ ਹੈ ਔਰ ਮੈਨੂੰ ਲੱਗਦਾ ਨਹੀਂ ਵੀ ਉਹ ਇੱਕ ਸਾਲ ਤੱਕ ਇਹ ਹੋਰ ਵੀ ਪੂਰਾ ਕਰ ਸਕਣਗੇ ਇੱਕ ਸਾਲ ਤੱਕ ਸੋ ਇਸ ਕਰਕੇ ਨਾ ਜੀ ਇਹ ਇੱਕ ਲੈਂਡ ਸੀ ਜਿਹੜੀ ਲੈਂਦੀ ਗਈ ਜਿਹਦੇ ਨਾਲ ਆਉਣ ਵਾਲੇ 50 100 ਸਾਲ ਦੇ ਵਿੱਚ ਮੋਹਾਲੀ ਸ਼ਹਿਰ ਦੇ ਵਿੱਚ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਆ ਸਕਦੀ ਐਦਾਂ ਹੀ ਵਾਟਰ ਸਪਲਾਈ ਦੀ ਅਪਗ੍ਰੇਡੇਸ਼ਨ ਦਾ ਕੰਮ ਸੀ ਜਿਹੜਾ 15 ਜਾਂ 16 ਕਰੋੜ ਰੁਪਏ ਦਾ ਕੰਮ ਸੀ ਉਹ ਵੀ ਉਸੇ ਮੀਟਿੰਗ ਚ ਪਾਸ ਕਰਵਾਇਆ ਸੀ ਮੈਂ ਪਹਿਲੀ ਮੀਟਿੰਗ ਹਾਂਜੀ ਪਹਿਲੀ ਮੀਟਿੰਗ ਦੇ ਵਿੱਚ ਇਹ ਰਿਕਾਰਡ ਡਾਕੂਮੈਂਟਰੀ ਪ੍ਰੂਫ ਹੈ ਪਹਿਲੀ ਮੀਟਿੰਗ ਚ ਪਾਸ ਕਰਾਇਆ ਸੀ ਮੈਂ ਔਰ ਉਹ ਜਿਹੜਾ ਸੀ ਏਸੀ ਵੀ ਉਹ ਵੀ ਮੈਨੂੰ ਪਤਾ ਸੀ ਵੀ ਜਿਹੜੀ ਵਾਟਰ ਸਪਲਾਈ ਦੀ ਮਸ਼ੀਨਰੀ ਹੈ ਜਿਹੜੀ ਜਿੱਥੇ ਸਾਡਾ ਪਾਣੀ ਸਾਫ਼ ਹੋ ਕੇ ਸਾਨੂੰ ਪੀਣ ਨੂੰ ਆਉਂਦਾ ਹੈ ਉਹ ਟ੍ਰੀਟਮੈਂਟ ਪਲਾਂਟ ਉਹ ਪੁਰਾਣੀ ਮਸ਼ੀਨਰੀ ਹੋ ਚੁੱਕੀ ਆ ਸਾਰੀ ਉਹਦੇ ਤਹਿਤ ਅਸੀਂ ਐਸਟੀਮੇਟ ਬਣਾ ਕੇ ਅਮਰ ਸ਼ਕੀਨ ਦੇ ਵਿੱਚ ਭੇਜਿਆ ਤੇ ਉਹ ਵੀ ਮਤਲਬ ਅਸੀਂ ਪਾਸ ਕਰਾਇਆ ਤੇ ਮੈਂ ਆਪਣੇ ਹੋਂਦੀ ਉਹ ਟੈਂਡਰ ਲਾ ਕੇ ਉਹ ਕੰਮ ਸ਼ੁਰੂ ਮਤਲਬ ਜਿਹੜੇ ਮੈਂ ਸਮਝ ਸਕਦਾ ਵੀ ਉਹ ਆਮ ਪਬਲਿਕ ਨੂੰ ਪਤਾ ਨਹੀਂ ਹੈ ਸੀ ਜਾਂ ਆਮ ਪਬਲਿਕ ਨੂੰ ਪਤਾ ਨਹੀਂ ਹੁੰਦਾ ਵੀ ਅੰਦਰ ਅੰਡਰਗਰਾਉਂਡ ਕੀ ਚੱਲ ਰਿਹਾ ਹੈ ਜਾਂ ਪਾਣੀ ਦੀ ਸਪਲਾਈ ਪਾਣੀ ਕਿੱਦਾਂ ਦਾ ਆ ਰਿਹਾ ਤੇ ਪਾਣੀ ਨੂੰ ਕਿਹੜੀਆਂ ਮਸ਼ੀਨਾਂ ਜਿਹੜੀਆਂ ਸਾਫ ਕਰ ਰਹੀਆਂ ਤੇ ਪਾਣੀ ਦੀ ਕਿੰਨੀ ਕੀਮਤ ਹੈ ਤੇ ਉਹ ਅਸੀਂ ਉਹ ਕੰਮ ਕਰਾਏ ਦੋ ਜਿਹੜੇ ਆਮ ਪਬਲਿਕ ਦੀ ਦਿਖਤ ਤੋਂ ਪਰੇ ਸੀ ਸਿੱਧੂ ਭਰਾ ਦੋ ਤੁਹਾਡੇ ਦੋਸ਼ ਲਾਉਂਦੇ ਨੇ ਜਿਹੜੇ ਸਾਬਕਾ ਮੰਤਰੀ ਰਹੇ ਨੇ ਬਲਬੀਰ ਸਿੱਧੂ ਤੇ ਉਹਨਾਂ ਦੇ ਭਰਾ ਅਮਰਜੀਤ ਸਿੱਧੂ ਜਿਹੜੇ ਮੋਹਾਲੀ ਦੇ ਮੇਅਰ ਵੀ ਨੇ ਕਿ ਤੁਸੀਂ ਜੋ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਕਰਵਾਇਆ ਤੇ ਉਹਨਾਂ ਦੋਸ਼ਾਂ 'ਚ ਕਿੰਨੀ ਕਿ ਸਚਾਈ ਆ ਦੇਖੋ ਮੈਂ ਇਹ ਕਹਿੰਦਾ ਵੀ ਆਪ ਉਹ ਖੁਦ 5 ਸਾਲ ਮਾਤਰੀ 5 ਸਾਲ ਨਹੀਂ 4 ਸਾਲ ਮਾਤਰੀ ਰਹੇ ਹੂੰ ਪਹਿਲਾਂ ਉਹ ਤਿੰਨ ਵਾਰੀ ਇਹ ਪਹਿਲਾਂ ਉਹ 10 ਸਾਲ ਐਮਐਲ ਰਹੇ ਜੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਜੀ ਉਹ ਇਹ ਕਹਿੰਦੇ ਰਹੇ ਲੋਕਾਂ ਨੂੰ ਦੇਖੋ ਜੀ ਸਰਕਾਰ ਮੇਰੀ ਨਹੀਂ ਹੈ ਹੂੰ ਮੈਂ ਕੰਮ ਨਹੀਂ ਕਰਵਾ ਸਕਦਾ ਹੂੰ ਫਿਰ ਸਰਕਾਰ ਆਪਣੀ ਆਈ ਹੂੰ ਪਹਿਲਾ ਪਸ਼ੂ ਪਾਲਣੀ ਪਸ਼ੂ ਪਾਲਣ ਤੇ ਲੇਬਰ ਮੰਤਰੀ ਰਹੇ 10 ਦਿਨ ਵੀ ਕੋਈ ਇੱਕ ਵੀ ਕੰਮ ਕਰਵਾਇਆ ਹੋਵੇ ਈਵਨ ਪਿਛਲੇ ਦਿਨੀ ਇਹਨਾਂ ਦੇ ਪ੍ਰਧਾਨ ਸਾਹਿਬ ਆਏ ਉਹਨਾਂ ਨੇ ਪੁੱਛਿਆ ਵੀ ਲੇਬਰ ਦੇ ਕਾਰਡ ਬਣੇ ਹੋਏ ਨੇ ਜਿਹੜੀ ਲੇਬਰ ਲੇਬਰ ਚੌਂਕ ਤੇ ਬੈਠੀ ਆ ਉਹਨਾਂ ਦੇ ਵੀ ਆਇਡੈਂਟੀਟੀ ਕਾਰਡ ਦੀ ਸੀ ਬਣੇ ਹੋਏ ਉਹ ਵੀ ਰਜਿਸਟਰਡ ਨਹੀਂ ਸੀ ਮਤਲਬ ਹਾਲਾਂਕਿ ਪੈਸਾ ਇੰਨਾ ਪਿਆ ਹੈ ਲੇਬਰ ਡਿਪਾਰਟਮੈਂਟ ਕੋਲ ਜਿਹੜਾ ਭਲਾਈ ਫੰਡ ਹੈ ਜਿਹੜਾ ਲੇਬਰ ਦੀ ਭਲਾਈ ਵਾਸਤੇ ਵਰਤਣਾ ਹੁੰਦਾ ਉਹ ਨਹੀਂ ਵਰਤਿਆ ਗਿਆ ਤੇ ਪਸ਼ੂ ਪਾਲਨ ਮੰਤਰੀ ਨੇ ਦੱਸਦੇ ਵੀ ਇੱਕ ਵੀ ਕੋਈ ਹਸਪਤਾਲ ਖੋਲ੍ਹਿਆ ਹੋਵੇ ਜਾਂ ਕੋਈ ਨਵਾਂ ਡਾਕਟਰ ਰੱਖਿਆ ਹੋਵੇ ਜਾਂ ਕੋਈ ਫਾਰਮਾਸਿਸਟ ਰੱਖਿਆ ਹੋਵੇ ਕੁਝ ਨਹੀਂ ਕੀਤਾ ਹੈ ਉਸ ਤੋਂ ਬਾਅਦ ਫੇਰ ਵੱਡਾ ਮਹਿਕਮਾ ਮਿਲਿਆ ਸਿਹਤ ਮੰਤਰੀ ਰਈ ਸਿਹਤ ਮੰਤਰੀ ਬਣੇ ਸਿਹਤ ਮੰਤਰੀ ਬਤੌਰ ਸਿਹਤ ਮੰਤਰੀ ਕੋਈ ਇੱਕ ਵੀ ਕੰਮ ਦੱਸਣ ਵੀ ਅਸੀਂ ਆਹ ਕੀਤਾ ਹੈ ਐਡੀ ਵੱਡੀ ਬਿਮਾਰੀ ਆਈ ਮਹਾਮਾਰੀ ਫੈਲੀ ਉਹਦੇ ਵਿੱਚ ਜੋ ਕੁਝ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ ਲੋਕ ਜਾਣਦੇ ਨੇ ਵੀ ਕਿੰਨਾ ਕੁਸ਼ ਕਿੱਟਾਂ ਦੀ ਰੇਟ ਵਧੇ ਕਿੰਨੀਆਂ ਦਵਾਈਆਂ ਮਹਿੰਗੀਆਂ ਖਰੀਦੀਆਂ ਗਈਆਂ ਕਿੰਨੇ ਟੈਂਡਰ ਤੇ ਟੈਂਡਰ ਲਾਏ ਗਏ ਇਹ ਸਾਰਾ ਕੁਝ ਲੋਕ ਜਾਣਦੇ ਨੇ ਈਵਨ ਜਿਹੜੀ ਵੈਕਸੀਨ ਆਈ ਉਹ ਵੀ ਬਕਾਇਦਾ ਤੌਰ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਗਈ ਜੀ ਵੱਧ ਰੇਟ ਦੇ ਉੱਤੇ ਸੋ ਜਦੋਂ ਦੁਨੀਆ ਮਰ ਰਹੀ ਹੋ ਮਰ ਰਹੀ ਸੀ ਦੁਨੀਆ ਹਾਹਾਕਾਰ ਮੀਚੀ ਹੋਈ ਸੀ ਉਦੋਂ ਇਹਨਾਂ ਦੇ ਗੇਟ ਤੇ ਲੱਗਿਆ ਹੋਇਆ ਸੀ ਵੀ ਮੈਂ ਮਿਲ ਨਹੀਂ ਸਕਦਾ ਮਤਲਬ ਅਸੀਂ ਇਹ ਮੈਂ ਸਮਝਦਾ ਵੀ ਇਹ ਮਤਲਬ ਦਾਵਾ ਕਰਕੇ ਦੱਸ ਸਕਦੇ ਨੇ ਜਾਂ ਦੂਜੇ 'ਚ ਨੁਕਸ ਕੱਢ ਕੇ ਦੱਸ ਸਕਦੇ ਨੇ ਹਮ ਔਰ ਦੂਸਰੀ ਗੱਲ ਫਿਰ ਇਹ ਹੈ ਵੀ ਇੱਕ ਮੰਤਰੀ ਜਿਹੜੇ ਕੱਢੇ ਇਹਨਾਂ ਦੀ ਖੁਦ ਹੀ ਪਾਰਟੀ ਨੇ ਜੀ ਉਹਨਾਂ ਵਿੱਚੋਂ ਨੰਬਰ 1 ਕਹੇ ਸੀ ਹਮ ਕਿਉਂ ਕੱਢਿਆ ਕਾਹਦੇ ਕੱਢਿਆ ਸਾਰੀ ਦੁਨੀਆ ਨੂੰ ਪਤਾ ਹੈ ਹਮ ਸੋ ਇਸ ਕਰਕੇ ਨਾ ਜੀ ਮਤਲਬ ਅਸੀਂ ਜੋ ਮੈਂ ਕੰਮ ਕੀਤੇ ਇਹਨਾਂ ਤੋਂ ਕੋਈ ਸਰਟੀਫਿਕੇਟ ਲੈਣ ਦੀ ਆਪਾਂ ਦੋਨੇ ਹੈਗੀ ਪਬਲਿਕ ਜਾਣਦੀ ਹੈ ਵੀ ਅਸੀਂ ਕੀ ਕੀਤਾ ਅਕਸਰ ਇੱਕ ਹੋਰ ਵੀ ਤੁਹਾਡੇ ਤੇ ਵਿਰੋਧੀ ਧਿਰ ਵੱਲੋਂ वार ਵੀ ਕੀਤੇ ਜਾਂਦੇ ਨੇ ਦੋਸ਼ ਵੀ ਲੱਗਦੇ ਨੇ ਕਿ ਕੁਲਵੰਤ ਸਿੰਘ ਬਹੁਤ ਅਮੀਰ ਬੰਦੇ ਨੇ ਤੇ ਉਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਨੇ ਉਹਨਾਂ ਨੂੰ ਮਿਲਣਾ ਬਹੁਤ ਔਖਾ ਹੈ ਉਹਨਾਂ ਨਾਲ ਫੋਨ ਤੇ ਗੱਲ ਕਰਨੀ ਬਹੁਤ ਔਖੀ ਹੈ ਸੋ ਲੋਕਾਂ ਦੇ ਨਾਲ ਤੁਸੀਂ ਹੁਣ ਆਮ ਆਦਮੀ ਪਾਰਟੀ ਉਹਦਾ ਇੱਕ ਲੋਗੋ ਹੀ ਆਮ ਹੈ ਆਮ ਆਦਮੀ ਪਾਰਟੀ ਸੋ ਤੁਹਾਡੇ ਨਾਲ ਲੋਕ ਕਿਵੇਂ ਪਹੁੰਚ ਕਰਨਗੇ ਜਾਂ ਤੁਸੀਂ ਲੋਕਾਂ 'ਚ ਕਿਵੇਂ ਵਿਚਰੋਗੇ ਲੋਕਾਂ ਦਾ ਵਿਸ਼ਵਾਸ ਕਿੱਦਾਂ ਜਿੱਤੋਗੇ ਜੀ ਦੇਖੋ ਇਹ ਵਿਰੋਧੀ ਧਿਰ ਦਾ ਪ੍ਰਪਾਗੈਂਡਾ ਹੈ ਜੀ ਜਿਹੜੇ ਵਿਰੋਧੀ ਹੁੰਦੇ ਨੇ ਉਹਨਾਂ ਕੋਲ ਜਦੋਂ ਹੋਰ ਕੋਈ ਗੱਲ ਨਹੀਂ ਮਿਲਦੀ ਹੂੰ ਕਹਿਣ ਵਾਸਤੇ ਉਹ ਇਦਾਂ ਦੀ ਪਹਿਲਾਂ ਕਰ ਦਿੰਦੇ ਜਿਹੜੇ ਮਤਲਬ ਜਿਹਦੇ ਨਾਲ ਉਹ ਨੀਵਾ ਦਿਖਾ ਸਕਣ ਹੂੰ ਜਾਂ ਆਪਣੇ ਆਪ ਨੂੰ ਅੱਛਾ ਦਿਖਾ ਸਕਣ ਜੀ ਮੈਂ ਮਤਲਬ ਅਮੀਰ ਆ ਮੈਨੂੰ ਨਹੀਂ ਪਤਾ ਹੈ ਹੂੰ ਸ਼ਾਇਦ ਇਹਨਾਂ ਨੂੰ ਪਤਾ ਹੋਵੇ ਵੀ ਅਮੀਰੀ ਕੀ ਹੁੰਦੀ ਆ ਜੀ ਔਰ ਰਹੀ ਗੱਲ ਲੋਕਾਂ 'ਚ ਵਿਚਰ ਹੁੰਦੀ ਜਦੋਂ ਮੈਂ ਇੰਨੀ ਵਾਰੀ ਐਮਸੀ ਬਣਿਆ ਪ੍ਰਧਾਨ ਬਣਿਆ ਮੇਰ ਬਣਿਆ ਜੇ ਮੈਂ ਲੋਕਾਂ 'ਚ ਵਿਚਰਦਾ ਸੀ ਲੋਕਾਂ ਨੂੰ ਮਿਲਦਾ ਸੀ ਲੋਕਾਂ ਦੇ ਕੰਮ ਕਰਦਾ ਸੀ ਲੋਕਾਂ ਨੇ ਮੈਨੂੰ ਵੋਟਾਂ ਵਾਈਆਂ ਤਾਂ ਹੀ ਹੂੰ ਮਤਲਬ ਮੈਂ ਬਣਿਆ ਹੂੰ ਠੀਕ ਹੈ ਨਾ ਔਰ ਦੂਸਰੀ ਗੱਲ ਇਹ ਹੈ ਇਹ ਰਹੀ ਗੱਲ ਅਮੀਰੀ ਅਮੀਰੀ ਦੀ ਵੀ ਮੈਂ ਬਹੁਤ ਅਮੀਰ ਹੂੰ ਏਦਾਂ ਦੀ ਕੋਈ ਗੱਲ ਨਹੀਂ ਮੇਰੇ ਮੇਰੇ ਤੋਂ ਵੱਧ ਗਰੀਬੀ ਨੂੰ ਨਹੀਂ ਕੋਈ ਜਾਣਦਾ ਹੂੰ ਨਾ ਗਰੀਬੀ ਦਾ ਕੋਈ ਦਰਦ ਜਾਣਦਾ ਹੂੰ ਔਰ ਨਾ ਹੀ ਅਮੀਰੀ ਮੈਂ ਕੋਈ ਖਾਨਦਾਨੀ ਖਾਨਦਾਨ ਚੋਂ ਲੈ ਕੇ ਆਇਆ ਹੂੰ ਜਿਹੜਾ ਵੀ ਮੈਂ ਚਾਰ ਪੈਸੇ ਕਮਾਏ ਨੇ ਹੂੰ ਆਪਣੀ ਮਿਹਨਤ ਦੇ ਨਾਲ ਜਾਂ ਆਪਣੇ ਬਜ਼ੁਰਗਾਂ ਦੇ ਅਸ਼ੀਰਵਾਦ ਦੇ ਨਾਲ ਹੂੰ ਕਮਾਏ ਨੇ ਜੇ ਪ੍ਰਮਾਤਮਾ ਦੀ ਬੜੀ ਵੱਡੀ ਕਿਰਪਾ ਹੋਈ ਆ ਉਸ ਕਰਕੇ ਮੈਂ ਯਾਰ ਪੂਰੇ ਟੋਟਲ ਮੇਰੇ ਬਿਜ਼ਨਸ ਦੇ ਵਿੱਚ ਮੈਂ ਅਜ ਤੱਕ ਕੋਈ ਐਸਾ ਕੰਮ ਨਹੀਂ ਕੀਤਾ ਜਿਹਦੇ ਨਾਲ ਕਰਕੇ ਮੈਨੂੰ ਸਿਰ ਨੀਮਾ ਕਰਨਾ ਪਵੇ ਹੂੰ ਤੇ ਇਸ ਕਰਕੇ ਜਿਹੜਾ ਮਤਲਬ ਜੇ ਤਾਂ ਹੋਵੇ ਵੀ ਅਮੀਰੀ ਮੇਰੇ ਸਿਰ ਨੂੰ ਚੜੀ ਹੋਈ ਆ ਜਾਂ ਅਮੀਰੀ ਮੈਂ ਮੇਰੀ ਖਾਨਦਾਨੀ ਸੀ ਮੇਰੇ ਕੋਲ ਖਾਨਦਾਨੀ ਪੈਸਾ ਸੀ ਮੈਂ ਤਾਂ ਲੋਕਾਂ ਨੂੰ ਮਤਲਬ ਮੈਂ ਤਾਂ ਲੋਕਾਂ ਨੂੰ ਮਿਲੇ ਹੀ ਕਿਉਂ ਕਿਉਂਕਿ ਮੈਂ ਤਾਂ ਹਾਂ ਹੀ ਖਾਨਦਾਨੀ ਅਮੀਰ ਸੀ ਸੋ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈਗੀ ਕੁਝ ਕੁਝ ਐਸੀ ਗੱਲ ਨਹੀਂ ਹੈ ਲੋਕਾਂ ਨੂੰ ਪਤਾ ਹੈ ਕਿ ਮੈਂ ਆਮੇ ਬੰਦਾ ਮੈਂ ਆਮ ਮੰਗਣ ਰਹਿਣਾ ਆਮ ਮੰਗਣ ਮਿਲਦਾ ਹੈ ਗਰੀਬੀ ਹੰਡਾਈ ਤੁਸੀਂ ਮੈਂ ਸਾਰਾ ਕੁਝ ਹੰਡਾਇਆ ਪਰ ਮੈਂ ਇਸ ਮੌਕੇ ਕੋਈ ਐਸੀ ਗੱਲ ਨਹੀਂ ਕਰਨੀ ਚਾਹੁੰਦਾ ਹਾਂ ਫੇ ਮਤਲਬ ਮੈਂ ਮੈ ਪਾਤਰ ਬਣਾ ਤਸ ਤਰਸ ਦਾ ਪਾਤਰ ਪਰ ਮੇਰੇ ਕਹਾ ਮਤਲਬ ਹੈ ਵੀ ਮੈਂ ਮੇਰੇ ਬਾਰੇ ਲੋਕ ਜਾਣਦੇ ਨੇ ਮੈਨੂੰ ਗਰੀਬੀ ਬਾਰੇ ਪਤਾ ਹੈ ਮੈਨੂੰ ਮਜ਼ਦੂਰੀ ਬਾਰੇ ਵੀ ਪਤਾ ਹੈ ਔਰ ਮੈਨੂੰ ਬਿਜ਼ਨਸ ਬਾਰੇ ਵੀ ਪਤਾ ਪੂਰੀ ਸਮਝ ਆ ਵੀ ਮੈਂ ਕਿੱਦਾਂ ਕਰਨਾ ਸੋ ਕੋਈ ਵੀ ਬੰਦਾ ਜਿਹੜਾ ਤੁਹਾਨੂੰ इजीली ਮਿਲ ਸਕਦਾ ਹਰ ਵਾਰ ਹਰ ਜਗ ਮੈਨੂੰ ਕੋਈ ਦੱਸੇ ਸਹੀ ਬੰਦਾ ਵੀ ਮੈਂ ਗਿਆ ਤੇ ਮੈਂ ਮਿਲਿਆ ਨਹੀਂ ਇਹ ਹੋ ਸਕਦਾ ਵੀ ਮੈਂ ਕਿਤੇ ਕੰਮ ਹੋਵਾਂ ਕਿਸੇ ਬੈਠਾ ਹੋਵਾਂ ਮੈਂ ਕਿ ਜ ਖੜਾ ਹੋਵਾਂ ਪਰ ਉਹਨੂੰ ਜਵਾਬ ਮੈਂ ਪ੍ਰੋਪਰ ਦਨਾਂ اور ਸਭ ਤੋਂ ਵੱਡੀ ਆ ਕੋਈ ਮੇਰਾ ਪੀਏ ਦੀ ਹੂੰ ਮੋਬਾਈਲ ਮੇਰੇ ਹੱਥ ਵਿੱਚ ਹੁੰਦਾ ਹੂੰ ਮੈਂ ਆਪ ਮੋਬਾਈਲ ਚੁੱਕਦਾ ਜੇ ਮੈਂ ਮੋਬਾਈਲ ਨਹੀਂ ਚੁੱਕਦਾ ਕਿਸੇ ਵੇਲੇ ਮੈਂ ਮੀਟਿੰਗ 'ਚ ਹੁੰਦਾ ਫਿਰ ਮੈਂ ਕਰਦਾ ਕਾਲ ਬੈਕ ਆ ਕਾਲ ਬੈਕ ਕਰਦਾ ਕੋਈ ਐਸੀ ਗੱਲ ਨਹੀਂ ਹੈ ਵੀ ਮਤਲਬ ਕਿਸ ਕੋਈ ਮੈਂ ਦੱਸਿਆ ਵੀ ਮੈਂ ਕਾਲ ਕੀਤੀ ਤੇ ਮੈਂ ਕਾਲ ਬੈਕ ਨਾ ਕੀਤੀ ਹੋਵੇ ਹੂੰ ਸੋ so, ਹਰ 24 ਆਵਰ ਬੰਦਾ ਨਹੀਂ ਮੋਬਾਈਲ ਤੇ ਹੋ ਸਕਦਾ। ਹਾਂ। ਨਾ ਮੇਰਾ ਪੀਏ ਫੋਨ ਚੁੱਕਦਾ। ਸੋ ਮੋਬਾਈਲ ਵੀ ਮੈਂ ਆਪਣਾ ਜੋ ਆਪ ਖੁਦ ਮੇਰੇ ਹੱਥ ਵਿੱਚ ਹੁੰਦਾ। ਮੇਰਾ ਪੀਏ ਵੀ ਕੋਈ ਨਹੀਂ ਹੁੰਦਾ ਮੇਰੇ ਨਾਲ ਗੱਡੀ 'ਚ ਬੈਠਾ। ਸੋ ਇਸ ਕਰਕੇ ਇਹ ਸਾਰੇ ਪ੍ਰੋਪਾਗੈਂਡਾ ਇਹ ਝੂਠ ਹੈ ਵੀ ਮੈਂ ਮਿਲਦਾ ਨਹੀਂ। ਤੇ ਇਹ ਇਹ ਜਿਹੜੇ ਬੰਦੇ ਕਹਿੰਦੇ ਸੀ ਵੀ ਮਿਲਦੇ ਨਹੀਂ ਇਹ ਤਾਂ ਬਹੁਤ ਮਿਲਦੇ ਸੀ ਲੋਕਾਂ ਨੂੰ। ਹਾਂ। ਲੋਕਾਂ ਦੇ ਵਿਆਹ ਸ਼ਾਦੀਆਂ 'ਚ ਵੀ ਤੁਰੇ ਜਾਂਦੇ ਸੀ। ਹੁਣ ਕਿਉਂ ਨਾਰਾਜ਼ ਨੇ ਲੋਕ ਇਹਨਾਂ ਦੇ ਨਾਲ? ਹਾਂ। ਸੋ ਇਸ ਕਰਕੇ ਨਾ ਜੀ ਇਹ ਟੋਟਲੀ ਪ੍ਰੋਪਾਗੈਂਡਾ ਕੁਝ ਨਹੀਂ ਹੈ ਇਹ ਦੋ ਬਤ। ਤੁਹਾਡਾ ਜਿਵੇਂ ਤੁਸੀਂ ਦੂਰੰਦੇਸ਼ੀ ਸੋਚ ਹੀ ਕਹਿ ਸਕਦੇ ਆ ਕਿ ਜੇ ਤੁਸੀਂ ਮੋਹਾਲੀ ਦੇ ਮੇਅਰ ਰਹੇ ਹੋ ਔਰ ਤੁਸੀਂ ਦਾਵਾ ਕਰਦੇ ਹੋ ਕਿ ਨਾਰਥ ਇੰਡੀਆ ਦਾ ਪਹਿਲਾ ਸ਼ਹਿਰ ਸੀ ਮੋਹਾਲੀ ਜਿੱਥੇ ਮਸ਼ੀਨਾਂ ਨਾਲ ਸੜਕਾਂ ਦੀ ਸਫਾਈ ਹੁੰਦੀ ਸੀ ਤੇ ਨਾਰਥ ਇੰਡੀਆ ਦਾ ਪਹਿਲਾ ਸ਼ਹਿਰ ਸੀ ਜਿੱਥੇ 100% LED ਲਾਈਟਾਂ ਤੁਸੀਂ ਸਟਰੀਟ ਲਾਈਟਾਂ ਇਹ ਤੋਂ ਪਹਿਲਾਂ ਇੱਕ ਹੋਰ ਵੀ ਗੱਲ ਸੁਣ ਲਓ ਜੀ ਜੀ ਮਤਲਬ ਮਿਊਸਪਲ ਭਵਨ ਬਣਿਆ ਜੀ ਇਹ ਮਿਊਸਪਲ ਭਵਨ ਮੇਰਾ ਬਣਾਇਆ ਉਹ ਮੇਰੇ ਸਤਾਈ ਮੈਂਬਰ ਸੀ ਜਿਹੜੇ ਭਾਵੇਂ اپੋਜੀਸ਼ਨ ਸੀ ਭਾਵੇਂ ਜਿase ਉਹਨਾਂ ਦੇ ਸਹਿਯੋਗ ਨਾਲ ਇਹ ਮਿਊਸਪਲ ਭਵਨ ਦਾ ਜ਼ਮੀਨ ਵੀ ਮੈਂ ਆਪਣੀ ਟਰਮ ਦੇ ਵਿੱਚ ਹਾਸਲ ਕੀਤੀ। ਹੂੰ ਫਿਰ ਇਹ ਭਵਨ ਦਾ ਮੈਂ ਨਕਸ਼ਾ ਵੀ ਆਪਣੇ ਅੱਖਾਂ ਦੇ ਸਾਹਮਣੇ ਮਤਲਬ ਬਣਵਾਇਆ ਆਪਣੇ ਹਿਸਾਬ ਨਾਲ ਬਣਵਾਇਆ। ਹੂੰ ਔਰ ਉਸ ਤੋਂ ਬਾਅਦ ਫਿਰ ਟੈਂਡਰ ਲਾਏ ਉਦੋਂ ਬਹੁਤ ਰੌਲਾ ਸੀ ਵੀ ਕੋਈ ਟੈਂਡਰ ਲਾ ਕੇ ਵੀ ਰਾਜ਼ ਨਹੀਂ ਸੀ 6 ਕਰੋੜ ਰੁਪਏ ਦੀ ਲਾਗਤ ਨਾਲ ਉਹਦਾ ਸਿਰਫ 6 ਕਰੋੜ ਦਾ ਬਣਿਆ ਸੀ ਇਹ। ਹੂੰ ਜਿਹੜੀ ਨਗਰ ਨਿਗਮ ਮੋਹੱਲੇ ਦੇ ਬਿਲਡਿੰਗ ਬਣਿਆ ਸੀ ਇਹ ਵੀ ਡਾਕੂਮੈਂਟਰੀ ਪ੍ਰੂਫ ਆ ਵੀ ਮੈਂ ਇਹਦਾ ਮਤਲਬ ਫਾਊਂਡੇਸ਼ਨ ਸਟੋਨ ਵੀ ਆਪ ਰਖਾਇਆ ਤੇ ਉਹਦਾ ਘਾਟਨ ਵੀ ਮੈਂ ਖੁਦੇ ਕੀਤਾ ਔਰ ਇਹ ਬਿਲਡਿੰਗ ਮੈਂ 12 ਤੋਂ 14 ਮਹੀਨੇ ਦੇ ਰਿਕੋਰਡ ਟਾਈਮ 'ਚ ਬਣਵਾਈ ਸੀ ਉਦੋਂ ਔਰ ਉਦੋਂ ਇਹਦੇ ਨਾਲ ਦਾ ਦਫ਼ਤਰ ਮੇਰਾ ਖਿਆਲ ਆ ਸ਼ਾਇਦ ਇੰਡੀਆ ਵਿੱਚ ਵੀ ਕਿਤੇ ਨਹੀਂ ਸੀ ਬਣਿਆ ਕਾਰਪੋਰੇਸ਼ਨ ਦਾ ਹਾਂ ਜਿਹੜਾ ਅੱਜ ਵੀ ਆ ਔਰ ਅੱਜ ਵੀ ਮੇਰਾ ਦਾਵਾ ਹੈ ਭਾਈ ਮੇਰਾ ਖਿਆਲ ਆ ਵੀ ਪੰਜਾਬ 'ਚ ਤਾਂ ਸ਼ਾਇਦ ਅੱਜ ਵੀ ਇਹਦੇ ਨਾਲ ਦਾ ਦਫ਼ਤਰ ਕੋਈ ਨਾ ਹੋਵੇ ਔਰ ਇਹ ਬਣਾਇਆ ਪਤਾ ਕਦੋਂ ਸੀ 2004 'ਚ ਜਦੋਂ ਮਨ ਅਗਰ ਕੌਂਸਲ ਜਦੋਂ ਮਨ ਅਗਰ ਕੌਂਸਲ ਦਾ ਪ੍ਰਧਾਨ ਸੀ ਜੀ ਹਰ ਜਿਹੜਾ ਮਰਜ਼ੀ ਜਾ ਕੇ ਉਹ ਦੇਖ ਸਕਦਾ ਪੱਥਰ ਲੱਗੇ ਹੋਏ ਨੇ ਸਾਡੇ ਐਸਟੀਮੇਟ ਪਾਸ ਕੀਤੇ ਹੋਏ ਨੇ ਔਰ ਅੱਜ ਉਦੋਂ ਇਹ 10 ਕਰੋੜ ਦਾ ਟੋਟਲ ਖਰਚ ਆਇਆ ਸੀ ਤੇ ਅੱਜ ਇਹ ਘੱਟੋ ਘੱਟ 200 ਕਰੋੜ ਰੁਪਏ ਦੀ ਬਿਲਡਿੰਗ ਹੈ ਹਮ ਮਿਸਪਲ ਕਮੇਟੀ ਦਾ ਹੀ ਇੱਕੋ ਇੱਕ ਜਾਇਦਾਦ ਹੈ ਮਿਸਪਲ ਕਾਰਪੋਰੇਸ਼ਨ ਕੋਲ ਜਾਂ ਪਹਿਲਾਂ ਮਿਸਪਲ ਕੌਂਸਲ ਸੀ ਜਾਂ ਮਿਸਪਲ ਕਾਰਪੋਰੇਸ਼ਨ ਦਾ ਇੱਕੋ ਇੱਕ ਆਪਣੀ ਜਾਇਦਾਦ ਆ ਉਹ ਹੈ ਨਿਸ਼ਪਲ ਭਵਨ ਜੀ ਜਿਹੜਾ ਮਿਸਪਲ ਕਮੇਟੀ ਆ ਕਾਰਪੋਰੇਸ਼ਨ ਦਾ ਦਫਤਰ ਹੈ ਅੱਛਾ ਮੋਹਾਲੀ ਲਈ ਤਾਂ ਤੁਸੀਂ ਬਹੁਤ ਵਿਕਾਸ ਕੀਤੇ ਨੇ ਬਤੌਰ ਪ੍ਰਧਾਨ ਤੇ ਬਤੌਰ ਮੇਰ ਸੋ ਮੋਹਾਲੀ ਦੇ ਜਿਹੜੇ ਪਿੰਡ ਨੇ ਬੇਸ਼ੱਕ ਮੋਹਾਲੀ ਦੇ ਬਿਲਕੁਲ ਇੱਕ ਪਲਾਨ ਸਿਟੀ ਮੰਨਿਆ ਜਾਂਦਾ ਸਮਾਰਟ ਸਿਟੀ ਮੰਨਿਆ ਜਾਂਦਾ ਉਹਦੇ ਨਾਲ ਜਿਹੜੇ ਪਿੰਡ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਸੋ ਤੁਹਾਡਾ ਪਿੰਡਾਂ ਨੂੰ ਲੈ ਕੇ ਕੀ ਵਿਜ਼ਨ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਮੋਹਾਲੀ ਦੇ ਨਾਲ-ਨਾਲ ਤੁਸੀਂ ਪਿੰਡਾਂ ਦਾ ਕੀ ਵਿਕਾਸ ਕਰਨਾ ਚਾਹੁੰਦੇ ਹੋ ਦੇਖੋ ਪਿੰਡ ਗੰਦੇ ਨੇ ਇਹਦਾ ਸ਼ਹਿਰ ਸਾਫ਼ ਨਹੀਂ ਹੋ ਸਕਦਾ ਹੂੰ ਨੰਬਰ 1 ਨੰਬਰ 2 ਇਹ ਆ ਵੀ ਜਿਹੜੇ ਪਿੰਡ ਸ਼ਹਿਰ ਵਿੱਚ ਪੈਂਦੇ ਸੀ ਤੁਸੀਂ ਜਾ ਕੇ ਦੇਖ ਲਓ ਹਮ ਹਰ ਜਗ੍ਹਾ ਤੇ ਸੀਵਰੇਜ ਪਿਆ ਹੈ ਹਮ ਹਰ ਜਗ੍ਹਾ ਤੇ ਸਟਰੀਟ ਲਾਈਟ ਹਮ ਹਰ ਜਗ੍ਹਾ ਦੇ ਉੱਤੇ ਸੜਕਾਂ ਬਣੀਆਂ ਹੋਈਆਂ ਨੇ ਹਰ ਜਗ੍ਹਾ ਤੇ ਧਰਮਸ਼ਾਲਾਾਂ ਮ ਬਣਾਈਆਂ ਹਰ ਜਗ੍ਹਾ ਤੇ ਡਿਸਪੈਂਸਰੀਆਂ ਬਣਾਈਆਂ ਹਮ ਭਾਵੇਂ ਹੈਲਥ ਮੰਤਰੀ ਦਾ ਕੰਮ ਸੀ ਹਮ ਸਕੂਲਾਂ ਦੇ ਵਿੱਚ ਪੈਸਾ ਖਰਚ ਕੀਤਾ ਹਮ ਇਹ ਪਿੰਡਾਂ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਆ ਗਏ ਹਮ ਜਿਹੜੇ ਪਿੰਡ ਚ ਆ ਗਏ ਕਿਉਂਕਿ ਅਸੀਂ ਖਰਚ ਨਹੀਂ ਸੀ ਕਰ ਸਕਦੇ ਅਸੀਂ ਕੰਮ ਨਹੀਂ ਸੀ ਕਰ ਸਕਦੇ ਹਮ لیکن میں دیکھا ہے ਵੀ ਜਿੰਨਾ ਆਵੜਾ ਹਾਲ ਮੁਹਾਲੀ ਦੇ ਪਿੰਡਾਂ ਦਾ ਹੂੰ ਸ਼ਾਇਦ ਇਹ ਕਿਸੇ ਪੰਜਾਬ ਦੇ ਪਿੰਡਾਂ ਦਾ ਹੋਵੇ ਹੂੰ ਉੱਥੇ ਕੀ ਕੀ ਵੱਡੀਆਂ ਮਸ਼ਕਲਾਂ ਨੇ ਜੀ ਤੁਸੀਂ ਮੈਂ ਕਹਿੰਦਾ ਜੀ ਉੱਥੇ ਨਿਕਾਸੀ ਦੀ ਸਭ ਤੋਂ ਵੱਡੀ ਪ੍ਰੋਬਲਮ ਆ ਹੂੰ ਪਾਣੀ ਦੀ ਨਿਕਾਸੀ ਨਹੀਂ ਹੈਗੀ ਟੋਬੇ ਦੱਬੇ ਲਏ ਗਏ ਨੇ ਹੂੰ ਅਸਰ ਸੂਖ ਆਲੇ ਬੰਦਿਆਂ ਦੇ ਬੰਦਿਆਂ ਦੇ ਦੱਬਲੇ ਨੇ ਜਾਂ ਇਨ ਮਤਲਬ ਜਿਹੜੇ ਸਰਕਾਰ ਵਿੱਚ ਬੈਠੇ ਨੇ ਇਹਨਾਂ ਦੇ ਦਬੇ ਹੋਏ ਨੇ ਸ਼ਾਮਲਾਤਾ ਦੱਬਲੀਆਂ ਨੇ ਪਾਣੀ ਨਿਕਲਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਈਵਨ ਕਈ ਜਗ੍ਹਾ ਤਾਂ ਸ਼ਮਸ਼ਾਨ ਘਾਟਾਂ ਵੀ ਨਹੀਂ ਛੱਡੀਆਂ ਸੀ ਤਬੜਦੋ ਤਾਂ ਉਹ ਪਾਣੀ ਦੀ ਸਮੱਸਿਆ ਐਸੀ ਆ ਸਭ ਤੋਂ ਮੇਨ ਸਮੱਸਿਆ ਵੀ ਜੇ ਨਿਕਾਸੀ ਨਹੀਂ ਹੋਊਗੀ ਤਾਂ ਪਿੰਡ ਵਿੱਚ ਚੰਗਾ ਹੋਏ ਨਹੀਂ ਸਕਦਾ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਇਹ ਕਬਜ਼ੇ ਛਡਾਓਗੇ ਤੁਸੀਂ ਇਹ ਬਕਾਇਦਾ ਤੌਰ ਤੇ ਛਡਾਏ ਜਾਣਗੇ ਹੂੰ ਕਿਉਂਕਿ ਜੇ ਇਹ ਨਹੀਂ ਛਡਾਵਾਂਗੇ ਤਾਂ ਪਿੰਡ ਤਬਾਹ ਹੋ ਜਾਣਗੇ ਹੂੰ ਕਬਜ਼ੇ ਤਾਂ ਜਿੱਥੇ-ਜਿੱਥੇ ਵੀ ਜਿੰਨੇ-ਜਿੰਨੇ ਕੀਤੇ ਹੋਏ ਨੇ ਹੂੰ ਜੇ ਮਤਲਬ ਪਰਮਾਤਮਾ ਦੀ ਕਿਰਪਾ ਕੀਤੀ ਹੂੰ ਤਾਂ ਬਕਾਇਦਾ ਤੌਰ ਤੇ ਇਹਨਾਂ ਦੇ ਉੱਤੇ ਐਕਸ਼ਨ ਦਾ ਜਿਹੜਾ ਤੁਰੰਤ ਲੈ ਆਜੋ ਪੰਜਾਬ ਚ ਪੰਜ ਪਾਰਟੀਆਂ ਨੇ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਹੈ ਅਕਾਲੀ ਦਲ ਹੈ ਆਮ ਆਦਮੀ ਪਾਰਟੀ ਹੈ ਪੰਜਾਬ ਲੋਕ ਕਾਂਗਰਸ ਹੈ ਤੇ ਹੁਣ ਕਿਸਾਨਾਂ ਦੀ ਪਾਰਟੀ ਹੈ ਜਿਹੜੀ ਨਵੀਂ ਬਣ ਕੇ ਆਈ ਹੈ ਸੋ ਇਹ ਪੰਜ ਤੇਰਾ ਲੜਾਈ ਦੇ ਵਿੱਚ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਬਣਾ ਸਕਦੀ ਹੈ ਦੇਖੋ ਮਤਲਬ ਇਹ ਹਾਲਾਤ ਨੇ ਜਿਹੜੇ ਇਦਾਂ ਦੇ ਬਣੇ ਹੋਏ ਨੇ ਜੀ ਬਈ ਬਦਲਾਅ ਦਾ ਚੱਲ ਰਿਹਾ ਹੈ ਦੌਰ ਔਰ ਇਹਦੇ ਵਿੱਚ ਲੋਕਾਂ ਨੂੰ ਇਸ ਗੱਲ ਦੀ ਸਮਝ ਹੈ। ਹੂੰ। ਵੀ ਜਿਹੜਾ ਬਦਲਾਅ ਕਰਨਾ ਹੀ ਕੰਮ ਨਹੀਂ। ਹੂੰ। ਬਦਲਾਅ ਕਰਕੇ ਅੱਗੇ ਲੋਕਾਂ ਨੂੰ ਡਿਲੀਵਰ ਕਰਨਾ ਵੀ ਇੱਕ ਕੰਮ ਹੈ। ਹੂੰ। ਉਹ ਕੌਣ ਕਰ ਸਕਦਾ ਹੈ? ਕਿਹਨੇ ਕੀਤਾ ਹੈ? ਕੌਣ ਕਰ ਸਕਦਾ? ਉਹ ਕੌਣ ਹੋਣਾ ਚਾਹੀਦਾ ਹੈ? ਹੂੰ। ਇਹ ਇਹ ਲੋਕਾਂ ਨੂੰ ਹੁਣ ਪਲੀਪਾਤਾ ਪਤਾ ਹੈ। ਹੂੰ। ਇਸੇ ਕਰਕੇ ਅਸੀਂ ਦਾਵਾ ਕਰ ਸਕਦੇ ਹਾਂ। ਸ਼ਾਇਦ ਵੀ ਦਾਵਾ ਦਾਵਾ ਕਰ ਸਕਦੇ ਹਾਂ ਵੀ ਜਿਹੜੀ ਇਹ ਸਰਕਾਰ ਆਏ ਆਮ ਆਦਮੀ ਪਾਰਟੀ ਦੀ ਆਉਗੀ ਕਿਉਂਕਿ ਵਿਜ਼ਨ ਵੀ ਆ। ਹੂੰ ਕੰਮ ਕਰਨ ਦੀ ਸਮਰੱਥਾ ਵੀ ਹੈਗੀ ਅਕਲ ਵੀ ਹੈਗੀ ਹੂੰ ਔਰ ਪਤਾ ਵੀ ਹੈ ਵੀ ਕਿਦਾਂ ਕੰਮ ਕਰਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਥੋੜੀ ਜੀ ਇਮਾਨਦਾਰੀ ਵਾਲੀ ਕਹਾਣੀ ਹੈ ਜਿਹੜੀ ਜਿਹੜੀ ਚਾਹੀਦੀ ਅੱਜ ਦੀ ਡੇਟ 'ਚ ਉਹ ਵੀ ਹੈ ਹੂੰ ਸੋ ਤੁਸੀਂ ਬਾਕੀ ਤੇ ਛੱਡੋ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਸੋ ਮਹਾਲੀ ਦੇ ਵਿੱਚ ਪੂਰੀ ਇਮਾਨਦਾਰੀ ਹੋਏਗੀ ਦੇਖੋ ਸਾਡੇ ਹਿੰਦੀ ਦਾ ਪਹਿਲਾਂ ਵੀ ਇਮਾਨਦਾਰੀ ਰਹੀ ਹੈ ਜਿਵੇਂ ਜਿਵੇਂ ਸਾਡੇ ਕੋਲ ਜੀ ਰਿਹਾ ਹੈ ਹੂੰ ਸਿਸਟਮ ਹੇ ਹੁਣ ਵੀ ਤੁਹਾਨੂੰ ਅਸੀਂ ਇਸ ਗੱਲ ਦਾ ਤਾਂ ਗਰੰਟੀ ਦੇ ਹੀ ਸਕਦੇ ਆ ਸਹੀ ਚੰਡੀਗੜ੍ਹ ਦੇ ਵਿੱਚ ਹੁਣੇ ਆਪਾਂ ਚੰਡੀਗੜ੍ਹ ਦੀ ਵੀ ਗੱਲ ਕਰ ਲਈਏ ਮੁਹਾਲੀ ਚੰਡੀਗੜ੍ਹ ਦੇ ਨਾਲ ਹੈ ਕਿ ਉੱਥੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਖੜੇ ਹੋਏ ਐ ਤੇ ਪਹਿਲੀ ਵਾਰੀ ਉਹਨਾਂ ਦੇ 14 ਬੰਦੇ ਐ ਜਿਹੜੇ ਉਹ ਜਿੱਤੇ ਐ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਸੁਚੇਤ ਹੋ ਕੇ ਨੇ ਉੱਥੇ ਜਾਂ ਆਮ ਆਦਮੀ ਪਾਰਟੀ ਨੇ ਕੋਈ ਉਹਨਾਂ ਨੂੰ ਸਬਜਾਗ ਦਿਖਾਏ ਨੇ ਜਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕਿਉਂ ਚੁਣਿਆ ਜਾਂ ਲੋਕ ਬੀਜੇਪੀ ਤੋਂ ਤੰਗ ਨੇ ਜ਼ਿਆਦਾ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਲੋਕ ਸੁਚੇਤ ਹੋ ਚੁੱਕੇ ਹਮ ਨੰਬਰ 1 ਲੋਕਾਂ ਨੂੰ ਪਤਾ ਚੱਲਣਾ ਸ਼ੁਰੂ ਹੋ ਗਿਆ ਵੀ ਮਤਲਬ ਵੋਟ ਕਿਹਨੂੰ ਪਾਉਣੀ ਆ ਹਮ ਕੌਣ ਸਾਡਾ ਹੈ ਤੇ ਕੌਣ ਸਾਡੇ ਲਈ ਕੰਮ ਕਰੂਗਾ ਹਮ ਔਰ ਲੋਕਾਂ ਨੂੰ ਇਹ ਵੀ ਪਤਾ ਹੈ ਵੀ ਜਿਹੜਾ ਬੰਦਾ ਵਾਅਦੇ ਕਰ ਰਿਹਾ ਉਹ ਕੌਣ ਆ ਤੁਹਾਨੂੰ ਪਹਿਲਾਂ ਕਿੰਨੇ ਵਾਅਦੇ ਕੀਤੇ ਸੀ ਤੇ ਜਿਹੜਾ ਨਵਾਂ ਬੰਦਾ ਵਾਅਦੇ ਕਰ ਰਿਹਾ ਹੈ ਉਹ ਕੌਣ ਆ ਤੇ ਉਹਨੇ ਜਿੱਥੇ ਉਹ ਕੰਮ ਕਰ ਰਿਹਾ ਜਿੱਥੇ ਸਰਕਾਰ ਚ ਲਾ ਰਿਹਾ ਉੱਥੇ ਉਹਨੇ ਕਿੰਨੇ ਕ ਵਾਅਦੇ ਪੂਰੇ ਕੀਤੇ ਨੇ ਤੇ ਇਸ ਕਰਕੇ ਲੋਕਾਂ ਨੂੰ ਇੰਨਾ ਕੁ ਤਾਂ ਇਸ ਗੱਲ ਦਾ ਪਤਾ ਲੱਗਣਾ ਹੁਣ ਸ਼ੁਰੂ ਹੋ ਗਿਆ ਹੈ ਵੀ ਕੈਂਡੀਡੇਟ ਨੂੰ ਕਿਹੜਾ ਕੈਂਡੀਡੇਟ ਨੂੰ ਚੋਣਾਂ ਦੇ ਕਿਹੜੀ ਪਾਰਟੀ ਨੂੰ ਚੰਡੀਗੜ੍ਹ ਐਮਸੀ ਦੀ ਜਿਹੜੀ ਜਿੱਤ ਹੋਈ ਹੈ 14 ਐਮਸੀ ਜਿੱਤੇ ਨੇ ਇਹਨਾਂ ਦਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਕੋਈ ਅਸਰ ਹੋਏਗਾ ਦੇਖੋ ਕੁਦਰਤੀ ਹੈ ਵੀ ਮਤਲਬ ਕਲੈਕਸ਼ਨ ਚੰਡੀਗੜ੍ਹ ਚ ਹੋਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ ਹਮ ਮੈਕਸਿਮ ਵੋਟਾਂ ਪਾਈਆਂ ਨੇ ਤੇ ਉਹਦਾ ਜਿਹੜਾ ਅਸਰ ਆਹੋ ਮਤਲਬ ਪੰਜਾਬ ਦੇ ਵਿੱਚ ਹੋਣਾ ਹੈ ਕਿਉਂਕਿ ਲੋਕਾਂ ਨੂੰ ਲੱਗਦਾ ਬਈ ਲੋਕ ਜਿਹੜੇ ਸੋਚ ਰਹੇ ਨੇ ਬਈ ਅਸੀਂ ਵੋਟ ਪਾਈਏ ਬਦਲਾਅ ਵਾਸਤੇ ਇੱਕ ਨਾਂ ਪਾਈਏ ਹੁਣ ਉਹਨਾਂ ਦਾ ਜਿਹੜਾ ਮਾਈਂਡ ਆ ਉਹ ਸਥਿਰ ਹੋ ਗਿਆ ਹੋਗਾ ਪੱਕਾ ਹੋ ਗਿਆ ਹੋਗਾ ਬਈ ਸਾਨੂੰ ਪਾਉਣੀ ਚਾਹੀਦੀ ਹੈ ਹਮ ਸੋ ਸਾਡੇ ਨਾਲ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਜਾਂਦੇ ਜਾਂਦੇ ਮੇਰਾ ਇੱਕ ਹੋਰ ਸਵਾਲ ਆਇਆ ਕਿ ਹੁਣ ਤੁਸੀਂ ਕਿਹਾ ਹੈ ਕਿ ਮੇਰਾ ਕੋਈ ਪੀਏ ਨਹੀਂ ਮੈਂ ਆਪਣਾ ਫੋਨ ਆਪ ਚੱਕਦਾ ਸੋ ਗਾਹਿਬ ਗਾਗੇ ਅਸੀਂ ਵੀ ਟਰਾਈ ਕਰਕੇ ਦੇਖਾਂਗੇ ਤੁਸੀਂ ਫੋਨ ਚੱਕਦੇ ਜਾਂ ਨਹੀਂ ਹਾਂ ਬਿਲਕੁਲ ਤੁਹਾਨੂੰ ਦੇਖਣਾ ਚਾਹੀਦਾ ਹੈ ਤਾਂ ਕਿ ਮੇਰਾ ਮੈਨੂੰ ਵੀ ਡਰ ਬਣਿਆ ਰਹੇ ਚੱਕਣਾ ਚਾਹੀਦਾ ਜਰੂਰ ਚੱਕਣਾ ਚਾਹੀਦਾ ਤੇ ਇਸ ਕਰਕੇ ਤੁਹਾਨੂੰ ਨਰਾਸ਼ਤਾ ਨਹੀਂ ਹੋਊਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ